ਸਾਰਿਆਂ ਨੂੰ ਜੈ ਮਸੀਹ ਕੀ ਪ੍ਰਭੂ ਦੇ ਦਾਸ ਤੇ ਦਾਸੀ ਨੂੰ ਜੈ ਮਸੀਹ ਕੀ ਮੈਂ ਪਹਿਲਾਂ ਤਾਂ ਪ੍ਰਭੂ ਦਾ ਧੰਨਵਾਦ ਕਰਦੀਆਂ ਕਿ ਉਹਨੇ ਆਪਣਾ ਫਜ਼ਲ ਤੇ ਆਪਣਾ ਅਨੁਗ੍ਰਹਿ ਦੇ ਨਾਲ ਮੈਨੂੰ ਅੱਜ ਇੱਥੇ ਖੜੀ ਕੀਤਾ ਤੇ ਪ੍ਰਭੂ ਦੇ ਦਾਸ ਦਾ ਧੰਨਵਾਦ ਕਰਦੀਆਂ ਕਿ ਉਹਨਾਂ ਦੀਆਂ ਦੁਆਵਾਂ ਸਦਕਾ ਅੱਜ ਮੈਂ ਇੱਥੇ ਖੜੀ ਆ ਕਿਉਂਕਿ ਮੈਂ ਇੱਥੇ ਖੜਨ ਦੇ ਕਾਬਿਲ ਨਹੀਂ ਸੀਗੀ ਮੇਰੀ ਗਵਾਹੀ ਆ ਕਿ ਮੈਂ 13 ਜੁਲਾਈ 2021 21 ਵਿੱਚ ਆਪਣੀ ਮੰਮਾ ਉਹਨਾਂ ਦੇ ਕੋਲ ਆਈ ਸੀ ਉਦੋਂ ਮੇਰੀ ਲਾਈਫ ਟੋਟਲੀ ਡਿਸਟਰਬ ਹੋ ਚੁੱਕੀ ਸੀ ਮੈਨੂੰ ਕੁਝ ਨਜ਼ਰ ਨਹੀਂ ਆ ਰਿਹਾ ਸੀ ਮੇਰੇ ਮੂਰੇ ਹਨੇਰਾ ਸੀਗਾ ਮੈਂ ਰੋਂਦੀ ਰਹਿੰਦੀ ਸੀ ਕਿ ਮੇਰੀ ਜ਼ਿੰਦਗੀ ਦਾ ਕੀ ਬਣੂਗਾ ਕੀ ਹੋਊਗਾ ਮੇਰੇ ਨਾਲ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਮੈਂ ਧੰਨਵਾਦ ਕਰਦੀ ਆ ਸਟੀਫਨ ਭਾਜੀ ਦਾ ਤੇ ਬਲਜੀਤ ਭਾਜੀ ਦਾ ਜਿਨ੍ਹਾਂ ਨੇ ਮੈਨੂੰ ਪ੍ਰਭੂ ਬਾਰੇ ਦੱਸਿਆ ਤੇ ਮੈਂ ਚਰਚ ਵਿੱਚ ਆਉਣਾ ਸਟਾਰਟ ਕੀਤਾ ਇਹ ਪ੍ਰਭੂ ਦਾ ਉਹਨੇ ਨੇ ਮੇਰੇ ਆ ਸਮਾ ਠਹਿਰਾਇਆ ਸੀਗਾ ਤਾਂ ਕਿ ਮੈਂ ਫੜ ਲੈ ਕੇ ਆ ਸਕਾਂ ਜਦੋਂ ਮੈਂ ਇੱਥੇ ਆਈ ਤਾਂ ਮੈਂ ਫਸਟ ਟਾਈਮ ਜਦੋਂ 3 ਅਕਤੂਬਰ 2021 ਨੂੰ ਮੈਂ ਜਦੋਂ ਚਰਚ ਵਿੱਚ ਆਈ ਤਾਂ ਜਦੋਂ ਮੈਂ ਇੱਥੇ ਗਵਾਹੀਆਂ ਸੁਣੀਆਂ ਮੇਰਾ ਮਨ ਨੂੰ ਇੱਕ ਵਿਸ਼ਵਾਸ ਜਾ ਹੋਇਆ ਕਿ ਪ੍ਰਭੂ ਜੇ ਇਨਾਂ ਦੀ ਜ਼ਿੰਦਗੀ 'ਚ ਕੰਮ ਕਰ ਸਕਦਾ ਉਹ ਮੇਰੀ ਜ਼ਿੰਦਗੀ 'ਚ ਵੀ ਜ਼ਰੂਰ ਸਭ ਕੁਝ ਠੀਕ ਕਰੇਗਾ ਹallelujah ਤੇ ਜਦੋਂ ਇੱਥੇ ਮੀਟਿੰਗ ਖਤਮ ਹੋਈ ਤਾਂ ਮੈਂ ਪਾਸਟਰ ਜੀ ਨੂੰ ਮਿਲੀ ਪਾਸਟਰ ਜੀ ਨੇ ਮੈਨੂੰ ਕਿਹਾ ਸਿਸਟਰ ਖੁਦਾ ਤੁਹਾਨੂੰ ਬਹੁਤ ਪਿਆਰ ਕਰਦਾ ਉਹਨੇ ਤੁਹਾਡੇ ਲਈ ਬਹੁਤ ਬਲੇਸਿੰਗ ਰੱਖੀਆਂ ਆ ਹallelujah ਤੇ ਜਦੋਂ ਮਤਲਬ ਉਹਨਾਂ ਦੇ ਇਹ ਵਚਨ ਮੇਰੀ ਜ਼ਿੰਦਗੀ ਵਿੱਚ ਪੂਰੇ ਹੋਏ ਕਿਉਂਕਿ ਮੇਰੇ ਮੇਰੇ ਲਈ ਖੁਦਾ ਨੇ ਮੇਰੀ ਇੱਕ ਬਲੇਸਿੰਗ ਦੀ ਲਾਈਨ ਲਾ ਦਿੱਤੀ ਆ ਹallelujah ਤੇ ਮੈਂ ਮਤਲਬ ਸਾਰਿਆਂ ਨੂੰ ਇਹੀ ਕਹਿਣਾ ਹੱਲੇ ਵੀ ਮੇਰੀ ਜ਼ਿੰਦਗੀ ਚ ਸਤਾ ਆਂਦਾ ਆ ਪਰ ਸਾਡਾ ਵਿਸ਼ਵਾਸ ਉਸ ਪਰਮੇਸ਼ਵਰ ਤੇ ਕਿਉਂਕਿ ਉਹਦਾ ਬਚਨ ਸਾਨੂੰ ਤਸੱਲੀ ਦਿੰਦਾ ਆ ਹallelujah ਥੈਂਕ ਯੂ ਜੀ ਉਹਦਾ ਬਚਨ ਸਾਨੂੰ ਤਸੱਲੀ ਦਿੰਦਾ ਕਿਉਂਕਿ ਜਿੱਦਾਂ ਉਹਨੇ ਦਾਨੀਅਲ ਨੂੰ ਸ਼ੇਰਾਂ ਤੋਂ ਬਚਾਇਆ ਸੀ ਇਦਾਂ ਹੀ ਉਹ ਸਾ ਆਪ ਸਾਡੇ ਉੱਪਰ ਵੀ ਆਪਣਾ ਹੱਥ ਰੱਖਦਾ ਤਾਂ ਕਿ ਉਹ ਸਾਨੂੰ ਹਰ ਮੁਸੀਬਤ ਤੋਂ ਬਚਾ ਸਕੇ ਹallelujah ਮੈਂ ਧੰਨਵਾਦ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੀ ਆ ਕਿ ਪਰਮੇਸ਼ਵਰ ਵਿੱਚ ਅੜੇ ਤੇ ਖੜੇ ਰੋ ਕਿਉਂਕਿ ਉਹ ਸਭ ਕੁਝ ਕਰਨ ਦੀ ਸਮਰੱਥ ਰੱਖਦਾ ਆ ਹallelujah ਉਹ ਸਾਨੂੰ ਹਰ ਮੁਸ਼ਕਿਲ ਤੋਂ ਬਚਾਉਂਦਾ ਆ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੀ ਆ ਕਿ ਬਸ ਪ੍ਰਭੂ ਦੇ ਵਿੱਚ ਅੜੇ ਤੇ ਖੜੇ ਰੋ ਮੈਂ ਪਰਮੇਸ਼ਵਰ ਦੇ ਦਾਸ ਦਾ ਧੰਨਵਾਦ ਕਰਦੀ ਆ ਕਿ ਜਿਨ੍ਹਾਂ ਨੇ ਮੇਰੇ ਲਈ ਦੁਆਵਾਂ ਕੀਤੀਆਂ ਤੇ ਅੱਜ ਉਹਨਾਂ ਦੀਆਂ ਦੁਆਵਾਂ ਸਦਕਾ ਮੈਂ ਇੱਥੇ ਖੜੀ ਹੋ ਪਾਈ ਆ ਸਾਰਿਆਂ ਨੂੰ ਜੈਮ ਸੀ ਕੀ ਸਾਰਿਆਂ ਨੂੰ ਗੋਡ ਬles ਜੀ ਪਾਸ ਜੀ ਨੂੰ ਜੈਮ ਸੀ ਕੀ